ਉਹਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸਕੱਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ 'ਚ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੂ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾਹ ਮੂੰਗ ਦਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਬਾ ਐ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਕਾਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਹੇਠਲਾ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜਾਊਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਦੇ ਆ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੋਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਉਹ ਕਹੇ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿਚ ਦੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤਹਾਨੂੰ ਭਰੋਸਾ ਦਿਵਾਉਣਾ ਹੈ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਹਾਂ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਵੱਲ ਜਾਈਏ ਤਾਂ ਫਸਲ ਆਪਾਂ ਨੂੰ ਬੋਹਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਬੀ ਪਾਰਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ ਹੁਣ ਕਰਦੇ ਆਂ ਗੱਲ ਬਾਸਮਤੀ ਦੀ ਬਾਸਮਤੀ ਇਹ ਕਿਹੋ ਜੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾਅ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕ ਫੈਡ ਨੂਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕurement ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰਿਕਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜ਼ਿਆਦਾ ਟਾਈਮ ਦਾ ਮਤਲਬ ਹੋ ਗਿਆ ਜ਼ਿਆਦਾ ਪਾਣੀ ਚਾਹੀਦਾ ਹੋ ਜਦਾ ਪਾਣੀ ਦਾ ਮਤਲਬ ਹੈ ਜ਼ਿਆਦਾ ਬਿਜਲੀ ਚਾਹੀਦੀ ਹੈ ਸੋ ਜ਼ਿਆਦਾ ਪ੍ਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕੇ ਕਹਿੰਨ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਉਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖੇਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਨਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦੰਦਾ ਬਣੇ ਕਿਸਾਨ ਆਪਣੇ ਪੈਰਾਂ ਸਿਰ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਕਿ ਡਾਰਕ ਜ਼ੋਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਹੈ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ। ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ। ਇਸ سلسلے 'ਚ ਅਸੀਂ ਮੇਰੇ ਚੀਫ ਸਕੱਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਹ ਕਮੇਟੀ ਸਟੱਡੀ ਕਰਕੇ ਵਾਖ ਵਖ ਕਿਸਾਨਾਂ ਨਾਲ ਗੱਲ ਕਰਕੇ ਵਖੋ ਪਿੰਡਾਂ 'ਚ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਣੀ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਵ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ ਬੈਲਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਨੇ ਆ ਤੇ ਗਰੰਟੀ ਵੀ ਦਿੰਨੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲ ਐਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਜਿਹੜਾ ਰੱਕਾ ਹੈ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆਜੂ ਸੋ ਉਹ ਉਹਦੀ ਅਸੀ ਗਰੰਟੀ ਦਿੰਨੇ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੋਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੈ ਤਾਂ ਉਹਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਨਾ ਬਿਜਲੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾਹ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਨਨਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਮਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਆ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਏਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੁਣ ਕਰਦਿਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜਿਆਦਾ ਟਾਈਮ ਦਾ ਮਤਲਬ ਹੋ ਗਿਆ ਜਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜਿਆਦਾ ਬਿਜਲੀ ਚਾਹੀਦੀ ਹੈ ਸੋ ਜਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਕੇ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿੰਨ ਉਹ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਹੈ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੀ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼हाल ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜੋਂ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸਕੱਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੂ ਕਿ ਆਪਾਂ ਝੋਨੇ ਤੋਂ ਬਿਨਾਂ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿੰਨਾ ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾ ਦੇ ਥੱਲੇ ਜਿਹੜਾ ਰਕਬਾ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ 'ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਹੈ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ 'ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਹੇਠਲਾ ਜਿਹੜਾ ਨੱਕ ਮੈਂ ਉਹਨੂੰ ਵਧਾ ਸਕੀ ਐ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ 'ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜਾਊਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਨੇ ਆ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੋਲੇ ਪੈਂਦੇ ਆ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗਾ ਹੈ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿਚ ਦੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਨਨਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗਾ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਪਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ ਕਪਾ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਤੋਂ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ। ਹੁਣ ਕਰਦਿਆਂ ਗੱਲ ਬਾਸਮਤੀ ਦੀ। ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ। ਭਾਅ ਵੀ ਵਧੀਆ ਮਿਲਿਆ। ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ। ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ। ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ। ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ। ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੇ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਦੇ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜ਼ਿਆਦਾ ਟਾਈਮ ਦਾ ਮਤਲਬ ਹੋ ਗਿਆ ਜ਼ਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜ਼ਿਆਦਾ ਬਿਜਲੀ ਚਾਹੀਦੀ ਹੈ ਸੋ ਜ਼ਿਆਦਾ ਪ੍ਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂਬਲ ਨੂੰ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿਣ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਹੈ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮਦਦ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਹੈ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ। ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ। ਇਸ سلسلے 'ਚ ਅਸੀਂ ਮੇਰੇ ਚੀਫ ਸਕੱਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਹ ਕਮੇਟੀ ਸਟੱਡੀ ਕਰਕੇ ਵਾਖ ਵਕ ਕਿਸਾਨਾਂ ਨਾਲ ਗੱਲ ਕਰਕੇ ਵਖੋਕ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗਿ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਬਾ ਐ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਪ੍ਰੋਸਾ ਵੀ ਦਿੰਨੇ ਆ ਤੇ ਗਰੰਟੀ ਵੀ ਦਿੰਨੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆਜੂ ਸੋ ਉਹ ਉਹਦੀ ਸੀ ਗਾਰੰਟੀ ਦਿੰਨੇ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੈ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਨਾ ਬਿਜਲੀ ਤਾਂ ਕਿ ਜਾਵੇ ਤੇ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ 'ਤੇ ਜਾਈਏ ਤਾਂ ਫਸਲ ਆਪਾਂ ਨੂੰ ਬੋਹਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ। ਰੱਬ ਨਾ ਕਰੇ ਕੋਈ ਬੇਮੌਸਮੀਂ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੁਣ ਕਰਦਿਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੇ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਦੇ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜਿਆਦਾ ਟਾਈਮ ਦਾ ਮਤਲਬ ਹੋ ਗਿਆ ਜਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜਿਆਦਾ ਬਿਜਲੀ ਚਾਹੀਦੀ ਹੈ ਸੋ ਜਿਆਦਾ ਪ੍ਰਾਲੀ ਵੀ ਹੁੰਦੀ ਆ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂਬਲ ਨੂੰ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ताकि ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿੰਨ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੀ ਹੋਗੀ ਪਰ ਅਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਹੈ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੀ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜੋਂ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਆ ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸਕੱਟਰੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੂ ਕਿ ਆਪਾਂ ਝੋਨੇ ਤੋਂ ਬਿਨਾਂ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘਟ ਵਰ ਤੋਂ ਜਿੰਨਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾ ਦੇ ਥੱਲੇ ਜਿਹੜਾ ਰਕਵ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ कॉटन ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਹੈ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ 'ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਖੇਤਾਂ ਦਾ ਜਿਹੜਾ ਰੱਕ ਮੈਂ ਉਹਨੂੰ ਵਧਾ ਸਕੀ ਐ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ 'ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜੂਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਨੇ ਆ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੋ ਗਿਆ ਤਾਂ ਉਹਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿਜਲੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਹਾਂ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਨਨਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗਾ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਨ੍ਹਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਮਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ ਕਪਾ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ ਹੁਣ ਕਰਦਿਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾਅ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਵੇ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਹਾਂ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿ ਕਿ ਬਾਸਮਤੀ ਨਸੀਬ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਐ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀੜਾ ਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹਨਾਂ ਦੇ ਮਾਪਦੰਡਾਂ ਦੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜ਼ਿਆਦਾ ਟਾਈਮ ਦਾ ਮਤਲਬ ਹੋ ਗਿਆ ਜ਼ਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜ਼ਿਆਦਾ ਬਿਜਲੀ ਚਾਹੀਦੀ ਹੈ ਸੋ ਜ਼ਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕੇ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਦੇ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਨ੍ਹਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮਦਦ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜ਼ੋਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਹੈ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ। ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ। ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸੈਕਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ 'ਚ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਨਗੇ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ, ਨਰਮਾ, ਕਪਾ, ਮੂੰਗ, ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਵੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 April ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ ਬੈਲਟ ਹੈ ਜੇ 1 April ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਹੈ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਨੇ ਆ ਤੇ ਗਰੰਟੀ ਵੀ ਦਿੰਨੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲ ਐਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਜਿਹੜਾ ਰੱਕਾ ਹੈ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆਜੂ ਸੋ ਉਹ ਉਹਦੀ ਅਸੀ ਗਰੰਟੀ ਦਿੰਨੇ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੋਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੈ ਤਾਂ ਉਹਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਨਾ ਬਿਜਲੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜ਼ਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾਹ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਨਨਿਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਮਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਆ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਏਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ ਹੁਣ ਕਰਦੇ ਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਹਾਂ ਤਾਂ ਕਿ ਜਿਹੜੇ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਹਾਂ ਐਕਸਪੋਰਟ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤ ਪੀਛੜਕਣਾ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਦੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜਿਆਦਾ ਟਾਈਮ ਦਾ ਮਤਲਬ ਹੋ ਗਿਆ ਜਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜਿਆਦਾ ਬਿਜਲੀ ਚਾਹੀਦੀ ਹੈ ਸੋ ਜਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਕੇ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿੰਨ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਹੈ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੀ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇੋਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜ਼ੋਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਸਾਡੀ ਪ੍ਰਾਇੋਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸਕੱਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੂ ਕਿ ਆਪਾਂ ਝੋਨੇ ਤੋਂ ਬਿਨਾਂ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿੰਨਾ ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾ ਦੇ ਥੱਲੇ ਜਿਹੜਾ ਰਕਬਾ ਐ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ 'ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਹੇਠਲਾ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ 'ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜਾਊਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਨੇ ਆ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਆ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੋ ਗਿਆ ਤਾਂ ਉਹਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿਜਲੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾਹ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗਾ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਪਰ ਜਾਈਏ ਤਾਂ ਫਸਲ ਆਪਾਂ ਨੂੰ ਬੋਹਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦੀ ਪਾਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ ਹੁਣ ਕਰਦਿਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾਅ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸਬ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹਨਾਂ ਦੇ ਮਾਪਦੰਡਾਂ ਦੇ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜ਼ਿਆਦਾ ਟਾਈਮ ਦਾ ਮਤਲਬ ਹੋ ਗਿਆ ਜ਼ਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜ਼ਿਆਦਾ ਬਿਜਲੀ ਚਾਹੀਦੀ ਹੈ ਸੋ ਜ਼ਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿਣ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਉਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮਦਦ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਹੈ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ। ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ। ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ। ਇਸ سلسلے 'ਚ ਅਸੀਂ ਮੇਰੇ ਚੀਫ ਸੈਕਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗਿ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ, ਨਰਮਾ, ਕਪਾ, ਮੂੰਗ, ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਵਾਂ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ ਬੈਲਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਨੇ ਆ ਤੇ ਗਰੰਟੀ ਵੀ ਦਿੰਨੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲ ਐਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਜਿਹੜਾ ਰੱਖਿਆ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜੂਗਾ ਸੋ ਉਹ ਉਹਦੀ ਸੀ ਗਾਰੰਟੀ ਦਿੰਨੇ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗਾ ਹੈ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਨਾ ਬਿਜਲੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾਹ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਨਨ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਮਰ ਜਾਈਏ ਤਾਂ ਫਸਲ ਆਪਾਂ ਨੂੰ ਬੋਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਆ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਏਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੁਣ ਕਰਦਿਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਤੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜਿਆਦਾ ਟਾਈਮ ਦਾ ਮਤਲਬ ਹੋ ਗਿਆ ਜਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜਿਆਦਾ ਬਿਜਲੀ ਚਾਹੀਦੀ ਹੈ ਸੋ ਜਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿੰਨ ਉਹ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਤੀ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਹੈ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋਵੇ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਨਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਨਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਅਗਰ ਡਾਰਕ ਜਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਸ ਸਿਲਸਿਲੇ 'ਚ ਅਸੀਂ ਮੇਰੇ ਚੀਫ ਸੈਕਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ 'ਚ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੂ ਕਿ ਆਪਾਂ ਝੋਨੇ ਤੋਂ ਬਿਨਾਂ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿੰਨਾ ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਨਰਮਾ ਕਪਾ ਮੂੰਗ ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾ ਦੇ ਥੱਲੇ ਜਿਹੜਾ ਰਕਵ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵੱਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ 벨ਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਭਰੋਸਾ ਵੀ ਦਿੰਦੇ ਆ ਤੇ ਗਰੰਟੀ ਵੀ ਦਿੰਦੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ 'ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਖੇਤਾਂ ਦਾ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ 'ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆ ਜਾਊਗਾ ਸੋ ਉਹ ਉਹਦੀ ਅਸੀਂ ਗਾਰੰਟੀ ਦਿੰਨੇ ਆ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੋ ਗਿਆ ਤਾਂ ਉਹਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਹਨਾਂ ਵਿਚ ਦੀ ਤਾਂ ਕਿ ਜਾਵੇ ਤਾਂ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗਾ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ ਪਰ ਜਾਈਏ ਤਾਂ ਫਸਲ ਆਪਾਂ ਨੂੰ ਬੋਹਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ ਕਪਾ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮਾ ਦਾ ਪ੍ਰਬੰਧ ਵੀ ਆ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ। ਹੁਣ ਕਰਦਿਆਂ ਗੱਲ ਬਾਸਮਤੀ ਦੀ। ਬਾਸਮਤੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ। ਭਾਅ ਵੀ ਵਧੀਆ ਮਿਲਿਆ। ਸੋ ਐਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ। ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ। ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ। ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ। ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੇ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕ ਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹਨਾਂ ਦੇ ਮਾਪਦੰਡਾਂ ਦੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜ਼ਿਆਦਾ ਟਾਈਮ ਦਾ ਮਤਲਬ ਹੋ ਗਿਆ ਜ਼ਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜ਼ਿਆਦਾ ਬਿਜਲੀ ਚਾਹੀਦੀ ਹੈ ਸੋ ਜ਼ਿਆਦਾ ਪਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂਬਲ ਨੂੰ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ਤਾਂ ਕਿ ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕੇ ਕਾਇਮ ਰੱਖੀਏ ਹੁਣ ਗੱਲ ਕਰਦੇ ਆਂ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਐਮਐਸਪੀ ਦੇਊਗੀ ਪਰ ਰਿਸਰਚ ਤੋਂ ਸਾਨੂੰ ਪਤਾ ਲੱਗਿਆ ਪਿਛਲੇ ਮਹੀਨੇ ਅਸੀਂ ਕਾਫੀ ਐਕਸਪਰਟਾਂ ਨਾਲ ਗੱਲ ਕੀਤੀ ਮਾਹਿਰਾਂ ਨਾਲ ਗੱਲ ਕੀਤੀ ਹੈ ਕਿ ਮੂੰਗ ਦੀ ਫਸਲ ਜਿਹੜੀ ਹੈ ਜਿੱਥੇ ਮੂੰਗ ਦੀ ਫਸਲ ਬੀਜਦੇ ਉਥੇ ਚਿੱਟੀ ਮੱਖੀ ਪੈਦਾ ਹੋ ਜਾਂਦੀ ਹੈ ਤੇ ਉਹੀ ਫਸਲ ਜਦੋਂ ਮੂੰਗ ਦੀ ਫਸਲ ਦੇ ਉੱਤੋਂ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਵੱਲ ਚਲੀ ਜਾਂਦੀ ਹੈ ਇਸ ਕਰਕੇ ਚਾਰ ਜ਼ਿਲ੍ਹਿਆਂ ਚ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਚ ਮੂੰਗੀ ਦੀ ਫਸਲ ਨੂੰ ਅਸੀਂ ਨਾ ਬੀਜਣ ਦੀ ਤਰਜੀਹ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਤੇ ਕਿਉਂਕਿ ਇਹਨਾਂ ਏਰੀਆ ਦੇ ਵਿੱਚ ਹੀ ਨਰਮਾ ਹੋਣਾ ਤਾਂ ਅਸੀਂ ਨਹੀਂ ਚਾਹੁੰਦੇ ਕਿ ਨਰਮੇ ਤੋਂ ਪਹਿਲਾਂ ਹੀ ਜਿਹੜੀ ਚਿੱਟੀ ਮੱਖੀ ਜਿਹੜੀ ਆ ਉਹ ਨਰਮੇ ਤੇ ਹਮਲਾ ਕਰਨ ਲਈ ਤਿਆਰ ਹੋ ਮੇਰੀ ਸਰਕਾਰ ਦੁਆਰਾ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਤੇ ਇਹਦੇ ਨਾਲ ਹੀ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਮਾਹਰ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਜੋ ਕਿਸਾਨਾਂ ਨੂੰ ਬਿਹਤਰ ਤੇ ਵਿਸਤਾਰ ਸੇਵਾਵਾਂ ਪ੍ਰਦਾਨ ਕਰਵਾਉਣਗੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮਦਦ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇਓਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਿ ਡਾਰਕ ਜੋਨ ਦੇ ਵਿੱਚ ਡਿਕਲੇਅਰ ਕਰ ਦਿੱਤਾ ਗਿਆ ਉਹਨੂੰ ਬਚਾਉਣਾ ਹੈ ਸਾਡੀ ਪ੍ਰਾਇਓਰਟੀ ਹੈ ਪਰਾਲੀ ਨਾਲ ਸੰਬੰਧਿਤ ਸਮੱਸਿਆਵਾਂ ਇਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਤੇ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਮੇਰੀ ਸਰਕਾਰ ਜਿਹੜੀ ਹੈ ਉਹ ਬਹੁਤ ਉਤਸੁਕ ਵੀ ਹੈ ਤੇ ਸਾਡੀ ਪਹਿਲ ਵੀ ਹੈ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਇਸ سلسلے 'ਚ ਅਸੀਂ ਮੇਰੇ ਚੀਫ ਸੈਕਟਰੀ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ ਸਟੱਡੀ ਕਰਕੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਕੇ ਵੱਖ-ਵੱਖ ਪਿੰਡਾਂ ਜਾ ਕੇ ਉਹ ਮੈਨੂੰ ਰਿਪੋਰਟ ਸੰਪੂਰਗੀ ਕਿ ਆਪਾਂ ਝੋਨੇ ਤੋਂ ਬਿਨਾ ਬਾਕੀ ਹੋਰ ਕਿਹੜੀਆਂ ਫਸਲਾਂ ਨੇ ਜਿਹੜੀਆਂ ਪਾਣੀ ਦੀ ਘੱਟ ਵਰਤੋਂ ਜਿਨ੍ਹਾਂ 'ਚ ਹੁੰਦੀ ਹੋਵੇ ਤੇ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਕਿਸਾਨ ਦਾ ਤੇ ਫਾਇਦਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ, ਨਰਮਾ, ਕਪਾ, ਮੂੰਗ, ਧਾਲਾਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਸਭ ਤੋਂ ਪਹਿਲਾਂ ਨਰਮੇ ਦੀ ਗੱਲ ਕਰ ਲੈਣੇ ਨਰਮੇ ਤੇ ਕਪਾਹ ਦੇ ਥੱਲੇ ਜਿਹੜਾ ਰਕਵਾਂ ਹੈ ਅਸੀਂ ਉਹਨੂੰ ਵਧਾਉਣਾ ਚਾਹੁੰਦੇ ਹਾਂ ਇਹ ਵਧ ਕਿਵੇਂ ਸਕਦਾ ਹੈ ਇਹਦੇ ਲਈ ਅਸੀਂ ਇੱਕ ਸਰਕਾਰ ਕਿਸਾਨ ਮਿਲਣੀ ਕੀਤੀ ਜਿੱਥੇ 15000 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਉੱਥੇ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੇ ਸਾਨੂੰ ਇੱਕ ਆਈਡੀਆ ਦਿੱਤਾ ਕਿ 1 ਅਪ੍ਰੈਲ ਨੂੰ ਜੇ ਟੇਲ ਐਂਡ ਤੇ ਜਿਹੜੀ ਨਰਮਾ ਤੇ ਕਾਟਨ ਦੀ ਬੈਲਟ ਹੈ ਜੇ 1 ਅਪ੍ਰੈਲ ਨੂੰ ਪਾਣੀ ਆ ਜੇ ਨਹਿਰਾਂ ਚ ਤਾਂ ਸਾਡਾ ਪਹਿਲਾ ਪਾਣੀ ਨਰਮੇ ਨੂੰ ਨਹਿਰ ਦੇ ਪਾਣੀ ਨਾਲ ਲੱਗ ਜੇ ਦੂਜਾ ਵੀ ਪਾਣੀ ਨਹਿਰ ਦੇ ਪਾਣੀ ਨਾਲ ਤੀਜਾ ਵੀ ਤਾਂ ਸਾਡਾ ਜਿਹੜਾ ਨਰਮੇ ਦਾ ਕਪਾਹ ਦਾ ਬੂਟਾ ਉਹ ਬਹੁਤ ਸਟਰੋਂਗ ਤੇ ਤਕੜਾ ਪੈਦਾ ਹੋਊਗਾ ਤੇ ਉਹਨੂੰ ਕੀਟਨਾਸ਼ਕ ਘੱਟ ਲੱਗਣਗੇ ਤੇ ਅਸੀਂ ਇਸ ਗੱਲ ਦਾ ਪ੍ਰੋਸਾ ਵੀ ਦਿੰਨੇ ਆ ਤੇ ਗਰੰਟੀ ਵੀ ਦਿੰਨੇ ਆ ਤੇ ਸੁਨਿਸ਼ਚਿਤ ਵੀ ਕਰ ਰਹੇ ਆ ਕਿ ਪਹਿਲੀ ਵਾਰ ਹੋਊਗਾ ਕਿ ਟੇਲੈਂਡ ਤੇ 1 ਅਪ੍ਰੈਲ ਤੱਕ ਪਾਣੀ ਪਹੁੰਚੂਗਾ ਨਹਿਰਾਂ ਚ ਤਾਂ ਕਿ ਅਸੀਂ ਨਰਮੇ ਤੇ ਕਪਾਹ ਦੇ ਹੇਠਲਾ ਜਿਹੜਾ ਰਕਬਾ ਉਹਨੂੰ ਵਧਾ ਸਕੀਏ ਬਹੁਤ ਸਾਰੇ ਕਿਸਾਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਹੋਊਗਾ ਕਿ ਸਾਡੇ ਇਲਾਕੇ ਚ ਟੇਲਾਂ ਤੇ ਨਰਮਾ ਪੱਟੀ ਦੇ ਵਿੱਚ ਨਹਿਰਾਂ ਦੇ ਵਿੱਚ 1 ਅਪ੍ਰੈਲ ਨੂੰ ਪਾਣੀ ਆਜੂ ਸੋ ਉਹ ਉਹਦੀ ਸੀ ਗਾਰੰਟੀ ਦਿੰਨੇ ਇਹ ਪਾਣੀ ਜਿਹੜਾ ਇਹ ਕਿਉਂ ਨਹੀਂ ਪਹੁੰਚਦਾ ਸੀ ਪਹਿਲਾਂ ਕਿਉਂਕਿ ਜਿਹੜੇ ਰਸੂਖਦਾਰ ਕਿਸਾਨ ਸੀ ਰਸਤੇ ਦੇ ਵਿੱਚ ਜਿਹੜੇ ਨਹਿਰਾਂ ਦੇ ਆਲੇ ਦੁਆਲੇ ਪੈਂਦੇ ਉਹਨਾਂ ਦੇ ਵੱਡੇ ਵੱਡੇ ਰਾਜਨੀਤਿਕ ਲੀਡਰਾਂ ਨਾਲ ਸੰਬੰਧ ਸੀ ਉਹ ਜਾਂ ਤਾਂ ਨਜਾਇਜ਼ ਮੋਗੇ ਲਵਾ ਲੈਂਦੇ ਸੀ ਜਾਂ ਫਿਰ ਜਿਹੜੇ ਮੋਗੇ ਬਣੇ ਹੋਏ ਨੇ ਜੇ 10 ਇੰਚ ਦਾ ਮੋਗ ਹੈ ਤੁਹਾਨੂੰ 20 ਇੰਚ ਦਾ ਕਰ ਲੈਂਦੇ ਸੀ ਪਾਣੀ ਜ਼ਿਆਦਾ ਉਨਾ ਬਿਜਲੀ ਤਾਂ ਕਿ ਜਾਵੇ ਤੇ ਇਹਦੇ ਨਾਲ ਇਸ ਪਾਣੀ ਦੀ ਚੋਰੀ ਨਾਲ ਐਂਡ ਤੱਕ ਟੇਲ ਐਂਡ ਤੱਕ ਪਾਣੀ ਜਿਹੜਾ ਨਹੀਂ ਪਹੁੰਚਦਾ ਸੀ ਸੋ ਅਸੀਂ ਇਹਦੇ ਵਾਸਤੇ ਇੱਕ ਹੱਲ ਹੈ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਵਿਜੀਲੈਂਸ ਨੂੰ ਵੀ ਕਿਹਾ ਕਿ ਆਪਾਂ ਪਾਣੀ ਦੀ ਚੋਰੀ ਨਹੀਂ ਹੋਣ ਦੇਣੀ ਜਿੰਨਾ ਹੱਕ ਬਣਦਾ ਉਹਨਾਂ ਪਾਣੀ ਜਰੂਰ ਮਿਲੂਗਾ ਪਰ ਕਿਸੇ ਹੋਰ ਦਾ ਹੱਕ ਮਾਰਨ ਨਹੀਂ ਦੇਣਾ ਸੋ ਅਸੀਂ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਪਾਣੀ ਟੇਲ ਐਂਡ ਤੱਕ ਪੂਰਾ ਮਿਲੂਗਾ 33% ਅਸੀਂ ਸਬਸਿਡੀ ਦੇ ਰਹੇ ਆ ਨਰਮੇ ਤੇ ਕਪਾਹ ਦੇ ਬੀਜਾਂ ਤੇ ਜਿਹੜੇ ਕਿ ਪੀਏਯੂ ਜਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰეკਮੈਂਡਡ ਨੇ ਸੋ ਲਗਭਗ ਸਮਝ ਲਓ ਵੀ ਬੀਜ ਦੇ ਕੀਮਤ ਦਾ ਤੀਜਾ ਹਿੱਸਾ ਗਵਰਨਮੈਂਟ ਸਬਸਿਡੀ ਦੇਊਗੀ ਇਸ ਤੋਂ ਇਲਾਵਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੁਬਾਰਾ ਫੇਰ ਨਾ ਹਮਲਾ ਕਰਕੇ ਸਾਡੀਆਂ ਫਸਲਾਂ ਨੂੰ ਖਰਾਬ ਕਰੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਫਸਲਾਂ ਤੋਂ ਕਿ ਆਪਾਂ ਕਿਸੇ ਹੋਰ ਫਸਲ 'ਤੇ ਜਾਈਏ ਤਾਂ ਫਸਲ ਆਪਾਂ ਨੂੰ ਬੋਹਣੀ ਪੈਂਦੀ ਹੈ ਜਾਂ ਜਿਹੜੀ ਸੁੰਡੀ ਹੈ ਉਹ ਖਾ ਜਾਂਦੀ ਹੈ। ਉਹਦੀ ਰੋਕਥਾਮ ਵਾਸਤੇ ਅਸੀਂ ਬਹੁਤ ਸਾਰੀਆਂ ਪੀਯੂ ਦੇ ਵਿੱਚ ਰਿਸਰਚ ਤੇ ਕੀਟਨਾਸ਼ਕ ਨਵੇਂ ਤਿਆਰ ਕਰ ਰਹੇ ਹਾਂ। ਇਸ ਤੋਂ ਇਲਾਵਾ ਨਰਮਾ, ਕਪਾਹ ਤੇ ਹੋਰ ਫਸਲਾਂ ਤੇ ਅਸੀਂ ਬੀਮੇ ਦੀ ਵੀ ਜਿਹੜੀ ਸ਼ੁਰੂਆਤ ਕਰਨ ਲੱਗਾਂਗੇ ਤਾਂ ਕਿ ਉਸ ਫਸਲ ਦਾ ਬੀਮਾ ਹੋ ਸਕੇ ਰੱਬ ਨਾ ਕਰੇ ਕੋਈ ਬੇਮੌਸਮੀ ਬਰਸਾਤ ਹੁੰਦੀ ਹੈ ਗੜੇ ਪੈ ਜਾਂਦੇ ਨੇ ਜਾਂ ਕੋਈ ਸੁੰਡੀ ਲੱਗ ਜਾਂਦੀ ਹੈ ਫਸਲ ਬਰਬਾਦ ਹੋ ਜਾਂਦੀ ਤਾਂ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਬੀਮਾ ਮਿਲੇ ਇੰਸ਼ੋਰੈਂਸ ਮਿਲੇ ਉਹਨੂੰ ਤਾਂ ਕਿ ਉਹ ਇਸ ਗੱਲੋਂ ਬੇਫਿਕਰ ਰਹੇ ਕਿ ਮੇਰੇ ਤੇ ਕੋਈ ਆਰਥਿਕਤਾ ਦੀ ਤਲਵਾਰ ਨਹੀਂ ਲਟਕੂਗੀ ਸੋ ਬੀਮੇ ਦਾ ਪ੍ਰਬੰਧ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਕੀਤਾ ਜਾ ਰਿਹਾ ਹੈ ਹੁਣ ਕਰਦੇ ਆਂ ਗੱਲ ਬਾਸਮਤੀ ਦੀ ਬਾਸਮਤੀ ਇੱਕ ਇਹੋ ਜੀ ਫਸਲ ਹੈ ਜਿਹੜੀ ਪਿਛਲੀ ਵਾਰ ਬਹੁਤ ਵਧੀਆ ਹੋਈ ਭਾ ਵੀ ਵਧੀਆ ਮਿਲਿਆ ਸੋ ਇਸ ਵਾਰ ਬਾਸਮਤੀ ਨੂੰ ਹੋਰ ਜ਼ਿਆਦਾ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਤੇ ਗਵਰਨਮੈਂਟ ਵੱਲੋਂ ਇਹ ਨਿਰਧਾਰਤ ਕੀਤਾ ਜਾ ਰਿਹਾ ਹੈ ਕਿ ਜੇ ਬਾਸਮਤੀ ਜ਼ਿਆਦਾ ਪੈਦਾ ਹੋਊਗੀ ਤਾਂ ਸ਼ਾਇਦ ਇਹ ਨਾ ਹੋਵੇ ਕਿ ਤੇ ਰੇਟ ਘਟ ਜਾਣ ਸੋ ਮਾਰਕਫੈਡ ਵੱਲੋਂ ਰੇਟ ਨਿਰਧਾਰਤ ਕਰਕੇ ਜੇ ਉਹ ਉਹ ਤੋਂ ਰੇਟ ਘਟਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਆਪ ਬਾਸਮਤੀ ਖਰੀਦੂਗੀ ਮਾਰਕਫੈਡ ਨੋਡਲ ਏਜੰਸੀ ਬਣਾ ਕੇ ਆਪ ਅਸੀਂ ਉਹਦੀ ਪ੍ਰੋਕੂਰਮੈਂਟ ਕਰਾਂਗੇ ਤਾਂ ਕਿ ਬਾਸਮਤੀ ਜਿਹੜੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਤੇ ਬਾਸਮਤੀ ਵਾਸਤੇ ਅਸੀਂ ਬਹੁਤ ਸਾਰੀਆਂ ਲੈਬਾਰਟਰੀਆਂ ਵੀ ਸੈਟਿੰਗ ਕਰ ਰਹੇ ਆ ਤਾਂ ਕਿ ਜਿਹੜੀ ਕੀਟਨਾਸ਼ਕ ਨੇ ਉਹ ਕਿੰਨੀ ਮਾਤਰਾ ਛਿੜਕੇ ਜਾਣ ਕਿਉਂਕਿ ਬਾਸਮਤੀ ਨੇ ਅਸੀਂ ਬਹੁਤ ਸਾਰੀ ਬਾਸਮਤੀ ਦੇਸ਼ ਚੋਂ ਵਿਦੇਸ਼ਾਂ ਵੱਲ ਭੇਜਦੇ ਆ ਐਕਸਪੋਰਟ ਕਰਦੇ ਆ ਤੇ ਉਹਨਾਂ ਦੇ ਜਿਹੜੇ ਜਿਹੜੀਆਂ ਮਾਤਰਾਵਾਂ ਨੇ ਉਹਨਾਂ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਉੱਤੇ ਸਾਡੀ ਬਾਸਮਤੀ ਜਿਹੜੀ ਹੈ ਪੂਰੀ ਉਤਰੇ ਇਸ ਇਸ ਕੰਮ ਲਈ ਅਸੀਂ ਜਿਹੜੇ ਰეკਮੈਂਡੇਸ਼ਨ ਸੈਂਟਰ ਤੇ ਰਿਸਰਚ ਸੈਂਟਰ ਬਣਾਏ ਨੇ ਚੁਗਾਵਾਂ ਬਲਾਕ ਚ ਤੇ ਜਲੰਧਰ ਚ ਤਾਂ ਕਿ ਤੁਹਾਨੂੰ ਅਸੀਂ ਇਹ ਦੱਸ ਸਕੀਏ ਕਿੰਨੀ ਮਾਤਰਾ ਚ ਆਪਾਂ ਕੀਟਨਾਸ਼ਕ ਜਿਹੜਾ ਬਾਸਮਤੀ ਤੇ ਛਿੜਕਣਾ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਅਸੀਂ ਇਹਨੂੰ ਐਕਸਪੋਰਟ ਕਰਾਂਗੇ ਤਾਂ ਉਹ ਉਹਨਾਂ ਦੇ ਮਾਪਦੰਡਾਂ ਦੇ ਪੂਰੀ ਉਤਰੇ ਤੇ ਕੋਈ ਦਿੱਕਤ ਨਾ ਆਵੇ ਤੇ ਪੂਸਾ 44 ਝੋਨੇ ਦੀ ਕਿਹੋ ਜਿਹੀ ਫਸਲ ਹੈ ਜਿਹੜੀ ਪੱਕਣ ਵੇਲੇ ਜ਼ਿਆਦਾ ਟਾਈਮ ਲੈਂਦੀ ਹੈ ਜਿਆਦਾ ਟਾਈਮ ਦਾ ਮਤਲਬ ਹੋ ਗਿਆ ਜਿਆਦਾ ਪਾਣੀ ਚਾਹੀਦਾ ਹੋ ਜਿਆਦਾ ਪਾਣੀ ਦਾ ਮਤਲਬ ਹੈ ਜਿਆਦਾ ਬਿਜਲੀ ਚਾਹੀਦੀ ਹੈ ਸੋ ਜਿਆਦਾ ਪ੍ਰਾਲੀ ਵੀ ਹੁੰਦੀ ਹੈ ਉਹਦੀ ਸੋ ਕਈ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹ ਪੂਸਾ 44 ਚੋਂ ਪੈਦਾ ਹੋ ਰਹੀਆਂ ਨੇ ਸੋ ਅਸੀਂ ਇਸ ਵਾਰ ਪੀਆਰ 126 ਅਤੇ ਪੀਏਯੂ ਵੱਲੋਂ ਰეკਮੈਂਡਡ ਹੋਰ ਜਿਹੜੀਆਂ ਝੋਨੇ ਦੀਆਂ ਫਸਲਾਂ ਘੱਟ ਸਮੇਂ 'ਚ ਪੱਕਣ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਕਿਸਾਨਾਂ ਨੂੰ ਬੀਜਣ ਦੀ ਸਲਾਹ ਦੇਵਾਂਗੇ ताकि ਸਮਾਂ ਵੀ ਘੱਟ ਲੱਗੇ ਤੇ ਬਿਜਲੀ ਵੀ ਦੀ ਖਪਤ ਵੀ ਘੱਟ ਹੋਵੇ ਤੇ ਪਾਣੀ ਵੀ ਧਰਤੀ ਥੱਲੋਂ ਅਸੀਂ ਘੱਟ ਕੱਢੀਏ ਤਾਂ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਾਕ ਨੇ ਉਹਨਾਂ ਤੇ ਵੀ ਪੂਰੇ ਉਤਰੀਏ ਪਾਣੀ ਧਰਤੀ ਤੇ ਹਵਾ ਦਾ ਜਿਹੜਾ ਦਰਜਾ ਗੁਰੂ ਸਾਹਿਬ ਦੇ ਕਿ ਕਹਿੰਨ ਨੂੰ ਕਾਇਮ ਰੱਖੀਏ ਹੁਣ ਗੱਲ ਕਰਦੇ ਆ ਮੂੰਗ ਦੀ ਸਾਡੀ ਸਰਕਾਰ ਮੂੰਗ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ